ਇਹਦੇ ਨਾਲ ਅਸੀਂ ਕਮਾਈ ਕਰਦੇ ਹਾਂ ਅਤੇ ਅਸੀਂ ਪੈਸੇ ਨਹੀਂ ਲਾਉਣਾ ਚਾਹੁੰਦੇ। ਸਹੀ ਮਾਦਰਤ ਦੇ ਨਾਲ ਇਹ ਨਦੀਮ ਸਾਹਿਬ ਜਿਹੜੇ ATS ਦੇ ਬੜੇ ਅੱਛੇ ਪ੍ਰਮੋਟਰ ਨੇ, ਉਹਨਾਂ ਦੇ ਡੀਲਰ ਵੀ ਨੇ ਸ਼ਾਇਦ, ਮੈਨੂੰ ਉਹਨਾਂ ਦੀ ਵੀਡੀਓ ਦੇਖ ਕੇ ਬੜੇ ਇੱਕ ਮੈਂ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਨਾ ਚਾਹਾਂਗਾ ਇਸ ਵੀਡੀਓ ਦੇ ਤਵੱਸਤ ਦੇ ਨਾਲ ਕਿ ਯਾਰ ਉਹ ਇੱਕ ਜੈਨੂਅਨ ਗੱਲ ਐਜੂਕੇਸ਼ਨ ਦੇ ਪੁਆਇੰਟ ਆਫ ਵਿਊ ਦੇ ਨਾਲ ਵੀ ਉਹਨਾਂ ਕੋਲ ਇੱਕ ਮੈਸੀ ਟਰੈਕਟਰ ਦਾ ਗਾਹਕ ਆਇਆ ਔਰ ਵੀਡੀਓ ਉਹਨਾਂ ਦੀ ਮੌਜੂਦ ਹੈਗੀ ਨੈੱਟ ਦੇ ਉੱਤੇ ਕਿ ਹਾਈਡਰੋਲਿਕ ਦਾ ਪੂਰਾ ਕੰਮ ਹੋਇਆ, ਪੂਰਾ ਹਾਈਡਰੋਲਿਕ ਉਹਨਾਂ ਦਾ ਜਿਹੜਾ ਓਵਰਆਲ ਹੋਇਆ। ਅਤੇ ਉਹਨਾਂ ਨੇ ਐਵੇਂ ਆਪਣੇ ਉਹ ਜਿਹੜਾ ਸ਼ਗਿਰਦ ਸੀ ਉਹਨੂੰ ਪੁੱਛ ਲਿਆ ਯਾਰ ਤੇਲ ਦੀ ਕੀ ਸੂਰਤ ਹਾਲ ਹੈਗੀ ਹੈ, ਅਤੇ ਉਹਨੇ ਕਿਹਾ ਜੀ ਤੇਲ ਬੜਾ ਗੰਦਾ ਹੈਗਾ। ਅਤੇ ਉਹ ਨਾਲ ਮਾਲਕ ਖੜਾ ਸੀ, ਉਹਨੂੰ ਮਾਲਕ ਨੂੰ ਪੁੱਛਿਆ ਭਾਜਨ ਤੇਲ ਕਦੋਂ ਬਦਲ, ਉਹ ਕਹਿੰਦੇ ਸਰ 17 ਮਾਡਲ ਟਰੈਕਟਰ ਹੈਗਾ, ਉਦੋਂ ਜਦੋਂ ਨਵਾਂ ਲਿਆ ਸੀ ਉਦੋਂ ਇੱਕ ਵਾਰੀ ਬਦਲਿਆ ਸੀਗਾ, ਜਿਹੜਾ ਕੰਪਨੀ ਜ਼ਬਰਦਸਤੀ ਬਦਲਵਾਉਂਦੀ ਹੁੰਦੀ 3 ਘੰਟਿਆਂ 'ਤੇ, ਉਸ ਤੋਂ ਬਾਅਦ ਨਹੀਂ ਬਦਲਿਆ। ਸਹੀ, ਮੈਨੂੰ ਦੱਸੋ ਬੁਰਾਕ ਕਿਹਨੂੰ ਲਾਇਸੈਂਸ ਦੀ ਫੀਸ ਦਿੰਦਾ, ਕਿਸੇ ਨੂੰ ਨਹੀਂ ਦਿੰਦਾ, ਠੀਕ ਹੈ ਜੀ। ਅਤੇ ATS ਕਿਸੇ ਨੂੰ ਲਾਇਸੈਂਸ ਦੀ ਫੀਸ ਦਿੰਦਾ, ਨਹੀਂ ਦਿੰਦਾ, ਠੀਕ ਹੈ ਨਾ ਜੀ, ਕਿਉਂਕਿ ਉਹਨਾਂ ਦਾ ਆਪਣਾ ਬ੍ਰਾਂਡ ਹੈਗਾ। ਅੱਜ ਅਸੀਂ ਇੱਥੋਂ ਖਤਮ ਕਰ ਦਈਏ ਮੈਸੀ ਫਰਗੂਸਨ, ਉਹਨਾਂ ਦੇ ਨਾਲ ਅਸੀਂ ਤਾਲੁਕ ਖਤਮ ਕਰ ਦਈਏ, ਅਸੀਂ ਉਹਨਾਂ ਨੂੰ ਆਪਣੇ ਨਾਲ ਤਾਂ ਰੱਖਿਆ ਕਿ ਸਾਨੂੰ ਉਹਨਾਂ ਦੀ ਜ਼ਰੂਰਤ ਹੈਗੀ ਹੈ, ਅਸੀਂ ਕੱਲ੍ਹ ਹੋਰ ਅੱਗੇ 100 horsepower 120 ਦੇ ਉੱਤੇ ਜਾਣਾ ਇਨਸ਼ਾਲਾ, ਅਸੀਂ ਕੰਬਾਈਨ ਹਾਰਵੈਸਟਰ ਲੈ ਕੇ ਆਉਣਾ, ਅਸੀਂ ਹੋਰ ਅੱਗੇ ਜਾਣਾ ਇਨਸ਼ਾਲਾ, ਅਸੀਂ ਇਸ ਲਈ ਇਹਨਾਂ ਨੂੰ ਖਤਮ ਨਹੀਂ ਕਰਨਾ, ਇਹ ਸਾਡੇ ਨਾਲ, ਸਾਡਾ ਇਹਨਾਂ ਦਾ 60 ਸਾਲ ਦਾ ਸਾਥ ਹੈਗਾ, ਅਸੀਂ ਇਹਨਾਂ ਨੂੰ ਆਪਣੇ ਨਾਲ ਰੱਖਣਾ। ਮੈਂ ਚਾਹਾਂਗਾ ਕਿ ਤੁਸੀਂ ਨਾ ਸਾਰੇ ਯੂਟਿਊਬਰਸ ਜਿਹੜੇ ਨੇ ਇੱਕ ਨਿਊਟਰਲ ਰਾਏ ਦਿਆ ਕਰੋ ਜੀ, ਬਿਲਕੁਲ ਨਿਊਟਰਲ ਰਾਏ ਦਿਆ ਕਰੋ, ਕਿਸੇ ਦੀ ਜਿਹੜੇ ਨੇ ਜਾਨਬਦਾਰੀ ਨਾ ਕਰੋ, ਇਹ ਇੱਕ ਅਮਾਨਤ ਹੁੰਦੀ ਹੈ। ਤੁਸੀਂ ਕਿਸੇ ਕੋ ਮਾਦਰਤ ਦੇ ਨਾਲ, ਤੁਹਾਡੇ ਇੱਕ ਹਲਕਾ ਹੈ ਬਾਪ ਦੇ ਵਿੱਚ ਕੁਛ ਲੋਕ ਐਸੇ ਨੇ ਕਿ ਜਿਹੜੇ ਪੈਸੇ ਲੈ ਕੇ ਗੱਲ ਕਰਦੇ ਨੇ, ਪੈਸੇ ਲੈ ਕੇ ਗੱਲ ਕਰਦੇ ਨੇ, ਔਰ ਜਦਕਿ ਘਰ ਉਹਦੇ ਆਪਣੇ ਟਰੈਕਟਰ ਮੈਸੀ ਦਾ ਖੜਾ ਹੈਗਾ, ਲੋਕਾਂ ਨੂੰ ਕਹਿੰਦਾ ਭਾਜੀ ਫਲਾਂ ਕੰਪਨੀ ਦਾ ਟਰੈਕਟਰ ਬੜਾ ਅੱਛਾ ਜਨਾਬ, ਉਹ ਲੋ ਜਨਾਬ ਬੱਲੇ ਬੱਲੇ ਫਲਾਂ ਹੋ ਗਿਆ, ਢਮਕਾਣ ਹੋ ਗਿਆ, ਠੀਕ ਹੈ ਜੀ, ਗਲਤ ਗੱਲ ਹੈਗੀ ਹੈ। ਘਰ ਤੇਰੇ ਮੈਸੀ ਚੱਲਦਾ ਪਿਆ, ਲੋਕਾਂ ਨੂੰ ਕਹਿੰਦਾ ਤੂੰ ਫਲਾਣਾ ਲੈ, ਠੀਕ ਹੈ ਜੀ, ਕਿਉਂ ਗਲਤ ਬਿਆਨੀ ਹੈਗੀ ਆ। ਔਰ ਮਸ਼ਵਰਾ ਅਮਾਨਤ ਹੁੰਦੀ ਹੈ, ਔਰ ਐਸੇ ਬੰਦੇ ਜਿਹਨਾਂ ਨੂੰ ਲੋਕ ਦੇਖਦੇ ਨੇ, ਉਹ ਬੰਦੇ ਦਾ ਆਪਣਾ ਵਕਾਰ ਵੀ, ਮੈਂ ਸਮਝਦਾ ਉਹਨਾਂ ਆਪਣੇ ਇਹੋ ਇਸ ਤਰ੍ਹਾਂ ਦੇ ਬੰਦੇ ਨੇ ਆਪਣਾ ਵਕਾਰ ਮਜਰੂ ਕੀਤਾ, ਉਹਨਾਂ ਨੇ ਆਪਣਾ ਵਕਾਰ ਮਜਰੂ ਕੀਤਾ, ਲੋਕ ਵਿੱਚ ਕਮੈਂਟ ਕਰਦੇ ਨੇ ਅਸੀਂ ਜੋ ਹੈਗੇ ਹੈਗੇ ਹਾਂ, ਠੀਕ ਹੈ ਜੀ, ਅਲਹਮਦੁਲਿਲਾ ਅਸੀਂ ਜੋ ਹੈਗੇ ਅਸੀਂ ਕਦੀ ਤੁਹਾਨੂੰ ਉਹ ਫੈਬਰੀਕੇਟ ਕਰਕੇ ਜਾਂ ਕੈਮੋਫਲੈਜ ਕਰਕੇ ਨਹੀਂ ਦਿਖਾਵਾਂਗੇ, ਦਿਖਾਈਏ ਕੁਛ ਹੋਰ ਤਾਂ ਹੋਈਏ ਕੁਛ ਹੋਰ। ਅਤੇ ਮਾਦਰਤ ਦੇ ਨਾਲ ਉਹਨਾਂ ਦੇ ਨਾਲ ਕਿ ਜੀ ਤੁਸੀਂ ਸਹੀ ਹੱਕ ਗੱਲ ਕਰਿਆ ਕਰੋ, ਸੱਚ ਦੀ ਗੱਲ ਕਰਨੀ ਚਾਹੀਦੀ। 1964 ਤੋਂ ਲੈ ਕੇ ਇੰਨੇ ਸਾਲਾਂ ਤੱਕ ਇੱਥੇ ਤੱਕ ਪਹੁੰਚੇ ਹਾਂ, ਤਾਂ ਕੋਈ ਆ ਕੇ ਸਾਡੀ ਕਾਪੀ ਕਰਕੇ ਬਹਿ ਜਾਵੇ ਕਹੇ ਜੀ ਮਿਲਤ ਗੰਦੀ ਤਾਂ ਅਸੀਂ ਚੰਗੇ, ਉਹ ਲਾਵੇ ਨਾ 60 ਸਾਲ, 60 ਸਾਲ ਲਾਵੇ ਸਾਡੇ ਸਾਡੇ ਬਰਾਬਰ ਆਵੇ। ਤੁਹਾਨੂੰ ਅੱਗੇ ਗੱਲ ਕੀਤੀ ਕਿ ਮੈਂ ਐਪਰੀਸ਼ੀਏਟ ਕਰਦਾ ਜਿਹੜਾ ਤੁਸੀਂ ਸਵਾਲ ਕੀਤਾ ਸੀਗਾ ਉਹਨਾਂ ਟਰੈਕਟਰ ਦੇ ਜਿਹੜੇ ਬਾਹਰੋਂ ਆਉਂਦੇ ਨੇ, ਜ਼ਾਹਿਰ ਹੈ ਉਹ ਡਿਫਰੈਂਟ ਟੈਕਨੋਲੋਜੀ ਨੇ, ਡਿਫਰੈਂਟ ਚੀਜ਼ ਨੇ, ਇੰਟਰਨੈਸ਼ਨਲ ਇੱਕ ਬ੍ਰਾਂਡਸ ਹੈਗੇ ਨੇ, ਉਹ ਅੱਛੀਆਂ ਚੀਜ਼ਾਂ ਨੇ, ਲੇਕਿਨ ਅੱਛੀ ਚੀਜ਼ ਨੂੰ ਪ੍ਰਮੋਟ ਕਰਨ ਦਾ ਇੱਕ ਤਰੀਕਾਕਾਰ ਹੁੰਦਾ ਨਾ, ਉਹਦੇ ਪਿੱਛਾ ਕਰਨਾ ਪੈਂਦਾ, ਉਹਦੇ ਪਿੱਛੇ ਰਹਿਣਾ ਪੈਂਦਾ ਹੈਗਾ, ਉਹਦੇ ਪੁਰਜਿਆਂ ਦੀ ਦਸਤਿਆਬੀ ਕਰਨੀ ਪੈਣੀ, ਉਹਦੇ ਮਕੈਨਿਕਸ, ਉਹਦੇ ਟ੍ਰੇਨਿੰਗ ਪ੍ਰੋਗਰਾਮ, ਸਾਰਾ ਕੁਝ ਕੰਪਨੀਆਂ ਨਹੀਂ ਇਨਵੈਸਟ ਕਰਦੀਆਂ, ਇਹ ਸਾਰੇ ਲੋਕ ਹੁੰਦੇ ਨੇ ਜਿਹੜੇ ਫਸਲੀ ਬਟੇਰੇ ਹੁੰਦੇ ਨੇ, ਉਹਨਾਂ ਨੇ ਇੱਕ ਅਪਰਚੁਨਿਟੀ ਦੇਖੀ, ਇੱਕ ਮਾਹੌਲ ਬਣਿਆ ਵਾ, ਉਹ 'ਚ ਆਪਣੀ ਸ਼ਾਇਦ ਵੇਚੋ ਤਾਂ ਬੱਸਾਂ ਫੜੋ ਤਾਂ ਕੋਈ ਹੋਰ ਸ਼ਾਇਦ ਲੱਭੋ। ਹੁਣ ਰਾਈਸ ਟਰਾਂਸਪਲਾਂਟਰ ਦਾ ਇੱਕ ਸਬਸਿਡੀ ਸਕੀਮ ਆਈ ਸੀ, ਉਹ 'ਚ ਕੰਪਨੀਆਂ ਆਈਆਂ, ਗੌਰਮੈਂਟ ਅੱਧੀ ਕੀਮਤ 'ਤੇ ਟਰਾਂਸਪਲਾਂਟਰ ਦੇਣੇ ਸੀ, ਕਈ ਬਰੀਫ ਕੇਸ ਕੰਪਨੀਆਂ ਆਈਆਂ, ਉਹਨਾਂ ਨੇ ਜਨਾਬ 20-30 ਵਿੱਚ ਸਕੀਮ ਖਤਮ ਹੋਈ, ਹੁਣ ਅੱਜ ਕੋਈ ਹੋਰ ਕੰਮ ਕਰਨ ਰਹੇ ਨੇ। ਯਾਰ ਗੱਲ ਨੂੰ ਸਮਝੋਗੇ ਯਾਰ, ਇਹ ਮਜ਼ਾਕ ਨਹੀਂ ਹੈਗਾ, ਇਹ ਜ਼ਿੰਮੀਦਾਰ ਨਾਲ ਮਜ਼ਾਕ ਹੈਗਾ, ਉਸ ਪ੍ਰੋਡਕਟ ਦੇ ਨਾਲ ਮਜ਼ਾਕ ਹੈਗਾ, ਉਸ ਇੰਟਰਨੈਸ਼ਨਲ ਬ੍ਰਾਂਡ ਦੇ ਨਾਲ ਮਜ਼ਾਕ ਹੈਗਾ, ਜਿਹਦਾ ਪਿੱਛਾ ਨਹੀਂ ਕੀਤਾ ਗਿਆ, ਜਿਹਦੀ ਪਿੱਛੇ ਫੋਲੋਅਪ ਨਹੀਂ ਕੀਤਾ ਗਿਆ ਉਹਦੀ। ਅਸੀਂ ਅਲਹਮਦੁਲਿਲਾ JF ਬ੍ਰਾਜ਼ੀਲ ਦੀ ਮਸ਼ੀਨ ਤੁਸੀਂ ਤੁਹਾਡੇ ਸਾਹਮਣੇ ਪਈ ਹੈ, ਅਸੀਂ ਅਲਹਮਦੁਲਿਲਾ 2000 ਜਿਹੜਾ ਮੇਰੇ ਖਿਆਲ 6 ਜਾਂ 7 ਤੋਂ ਇਹ ਵੇਚਣ ਡੇ ਹਾਂ, ਅਸੀਂ ਅੱਜ ਤੱਕ ਇਹਦੇ ਨਾਲ ਇਹਨਾਂ ਦੇ ਨਾਲ ਖੜੇ ਹਾਂ, ਇਹਦਾ ਹਰ ਪੁਰਜ਼ਾ ਸਾਡੇ ਤੋਂ ਦਸਤਿਆਬ ਹੈਗਾ। ਅਤੇ ਜੇ ਅਸੀਂ ਹਰ ਸਾਲ ਨਵੀਂ ਮਸ਼ੀਨ ਲੈ ਆਈਏ, ਨਵੀਂ ਕੰਪਨੀ ਲੈ ਆਈਏ, ਔਰ ਜ਼ਿੰਮੀਦਾਰ ਨੂੰ ਨਾ ਦਾ ਪੁਰਜ਼ਾ ਲੱਭੇ, ਨਾ ਦੀ ਟ੍ਰੇਨਿੰਗ ਹੋਵੇ, ਸਾਡੇ ਅਲਹਮਦੁਲਿਲਾ ਪੂਰੇ ਮੁਲਕ ਦੇ ਵਿੱਚ ਸਭ ਤੋਂ ਪਹਿਲੀ ਸਾਇਲੇਜ ਬਣਾਉਣ ਵਾਲੀ ਮਸ਼ੀਨ ਹੈ ਸਾਡੀ ਹੈਗੀ, ਜਦੋਂ ਨੈਸਲੇ ਨੇ ਮਸ਼ੀਨਾਂ ਸਾਡੇ ਕੋਲ ਲੈ ਕੇ ਜ਼ਿੰਮੀਦਾਰਾਂ ਨੂੰ ਕਿਰਾਏ 'ਤੇ ਦਿੱਤੀਆਂ ਕਿ ਯਾਰ ਇਹ ਤੁਹਾਨੂੰ ਸਾਇਲੇਜ ਬਣਾਉਣਾ ਸਿਖਾਉਂਦੇ ਹਾਂ, ਇੱਕ ਟ੍ਰੈਂਡ ਲੈ ਕੇ ਆਏ, ਉਹ ਇਹ ਮਸ਼ੀਨਾਂ ਸਾਡੀਆਂ ਗਈਆਂ ਸੀਗੀਆਂ ਨੈਸਲੇ ਨੂੰ। ਤੁਹਾਡਾ ਬਹੁਤ ਕੀਮਤੀ ਟਾਈਮ ਹੈ, ਬਾਕੀ ਕੋਲ ਇੱਧਰ ਤੁਹਾਡੇ ਕੋਲ ਇੱਧਰ ਖੜਾ ਹੋਇਆ ਟਰੈਕਟਰ,
ਬਿਲਕੁਲ ਬਿਲਕੁਲ ਮਿਲ ਜਾਂਦਾ। ਅਸੀਂ ਦੇਖੋ ਇਹਨਾਂ ਦੇ ਨਾਲ ਐਡ ਆਨਸ ਹੁੰਦੀਆਂ ਨੇ, ਐਕਸੈਸਰੀਜ਼ ਹੁੰਦੀਆਂ ਨੇ, ਅਸੀਂ ਉਹ ਪਿਛਲੇ ਕਈ ਸਾਲਾਂ ਤੋਂ ਅਸੀਂ ਵੇਚਣ ਨੇ। ਅਗਰ ਕੋਈ ਬੰਦਾ ਸਾਨੂੰ ਡਿਮਾਂਡ ਕਰਦਾ ਕਿ ਜੀ ਸਾਡੇ ਟਰੈਕਟਰ ਦੇ ਨਾਲ ਐਕਸਪੋਰਟ ਵਾਲੀਆਂ ਐਕਸੈਸਰੀਜ਼ ਲਾ ਦਿਓ ਤਾਂ ਅਸੀਂ ਆ ਜਾਓ। ਹਾਂਜੀ ਇਹ 375 ਹੈਗਾ ਜੀ, ਇਹ ਇੱਕ ਸਾਡੇ ਕੋਲ ਪਿਆ ਐਜ਼ ਅ ਸੈਂਪਲ, ਇਹ ਐਕਸਪੋਰਟ ਮਾਡਲ ਹੈਗਾ। ਇਹਦੇ 'ਚ ਵੇਟ ਤੋਂ ਅਸੀਂ ਡਿਲੈਕਸ ਦੇ ਵਿੱਚ ਲਾਉਂਦੇ ਹੈਗੇ ਹਾਂ, ਅਤੇ ਇਹ ਵੇਟ ਇਹਦੇ 'ਚ ਹੁੰਦੇ ਨੇ। ਇਸ ਤੋਂ ਇਲਾਵਾ ਛਾਤੇ ਦੇ ਨਾਲ ਲੱਗੀ ਹੁੰਦੀ ਹੈ, ਇਹਦਾ ਟੋਪ ਜਿਹੜਾ ਇਹ ਫਾਈਬਰ ਦਾ ਨਹੀਂ, ਇਹ ਪਲਾਸਟਿਕ ਦਾ ਹੈਗਾ, ਕਿਉਂਕਿ ਬਾਹਰ ਜਾਂਦਾ ਉਹਨਾਂ ਦੀ ਸਪੈਸੀਫਿਕੇਸ਼ਨ ਦੇ ਮੁਤਾਬਕ ਅਸੀਂ ਇਹ ਬਣਾਉਂਦੇ ਹਾਂ। ਅਸਲ ਇਹ ਸਟੈਂਡਰਡ ਇਹ ਤਾਂ ਫਿਰ ਉਹ ਨਹੀਂ ਹੈਗਾ ਜਿਹੜਾ ਇਹਨੂੰ ਇੱਕ ਨੋਰਮਲ ਡਿਊਟੀ ਹੈਗਾ, ਹੈਵੀ ਡਿਊਟੀ ਨਹੀਂ ਹੈਗਾ, ਉਹਨੂੰ ਰੋਪਸ ਕਹਿੰਦੇ ਨੇ। ਉਹ ਬਹੁਤ ਭਾਰਾ ਹੁੰਦਾ, ਉਹ ਤਾਂ 2.5-3 ਮਣ ਦਾ ਹੈਗਾ ਉਹਦਾ ਆਪਣਾ ਵਜ਼ਨ। ਉਹ ਟਰੈਕਟਰ ਉਲਟ ਜਾਵੇ ਤਾਂ ਬੰਦਾ ਮਹਿਫੂਜ਼ ਰਹਿੰਦਾ, ਟਰੈਕਟਰ ਵੀ ਮਹਿਫੂਜ਼ ਰਹਿੰਦਾ। ਇਹ ਪੀਟੀਓ ਕਵਰ ਹੁੰਦਾ ਥੱਲੇ, ਇਹਦੀ ਸਵਿੰਗਿੰਗ ਡਰਾ ਬਾਰ ਹੁੰਦੀ ਹੁੱਕ, ਸਮਝ ਲਓ ਉੱਥੇ, ਚੁੱਕੇ ਦੋ ਐਕਸਲਾਂ ਵਾਲੀਆਂ ਟਰਾਲੀਆਂ ਤਾਂ ਉੱਥੇ ਇਹ ਹੁੱਕ ਚੱਲਦੀ ਹੈ, ਸਾਡੇ ਵਾਲੀ ਨਹੀਂ ਚੱਲਦੀ। ਇਹਦੇ ਨਾਲ ਕੋਈ ਕਪਲਰ ਲੱਗੇ ਹੁੰਦੇ ਨੇ, ਹਾਈਡ੍ਰੋਲਿਕ ਦਾ ਤੁਸੀਂ ਕੁਛ ਕਰਨਾ, ਇਹਦੇ ਨਾਲ ਅਸੈਂਬਲੀ ਲੱਗੀ ਹੋਈ ਹੈ, ਇਹਨੂੰ ਤੁਸੀਂ ਬਲੇਡ ਚਲਾਉਣਾ ਜਾਂ ਟਰਾਲੀ ਵਗੈਰਾ ਵਾਸਤੇ ਤੁਹਾਨੂੰ ਲੱਗਦਾ ਤਾਂ ਕੁਛ ਨਹੀਂ ਕਰਨ ਦੀ ਜ਼ਰੂਰਤ ਹੈਗੀ। ਫਿਰ ਸੀਟ ਬੈਲਟ, ਕਿਉਂਕਿ ਇੰਟਰਨੈਸ਼ਨਲ ਸਟੈਂਡਰਡ ਹੁੰਦੇ, ਸੀਟ ਬੈਲਟ ਨਾਲ ਲੱਗੀ ਹੁੰਦੀ ਇਹਦੇ। ਇਸ ਤੋਂ ਇਲਾਵਾ ਇਹ 7 ਪਿੰਨਾਂ ਵਾਲੀ ਸਾਕਟ ਲੱਗੀ ਹੁੰਦੀ ਹੈ, ਇਹਦੇ ਨਾਲ ਤੁਸੀਂ ਅਗਰ ਪਿੱਛੇ ਟਰਾਲਾ ਜਾਂ ਕੋਈ ਵਾਟਰ ਬੋਜ਼ਰ ਚਲਾਓਗੇ ਤਾਂ ਪਾਰਕਿੰਗ ਲਾਈਟ, ਇਸ਼ਾਰੇ, ਬ੍ਰੇਕ ਲਾਈਟ ਸਾਰੀ ਜਿਹੜੀ ਉਹ ਚੱਲਣਗੀਆਂ ਉਹਦੇ ਨਾਲ। ਅੱਛਾ ਜੀ, ਕਹਿੰਦੇ ਜਦੋਂ ਪਹਿਲੇ ਟਰੈਕਟਰ ਆਇਆ ਸੀ ਨਾ ਛੋਟਾ 240 ਪਾਕਿਸਤਾਨ ਦੇ ਵਿੱਚ, ਉਹਨਾਂ ਨੇ ਹੱਲਾ ਵੀ ਨਾਲ ਭੇਜੀਆਂ ਸੀ ਜੀ ਜੀ, ਹੱਲਾ ਕਿੰਨੀਆਂ ਸੀ 5 ਹੱਲਾ, ਤੇ ਛੋਟੀ ਜਿਹੀ ਟਰਾਲੀ ਵੀ ਉਹਨਾਂ ਨਾਲ ਭੇਜੀ ਸੀ, ਅਸੀਂ ਤੇ ਟਰਾਲੇ ਪਾਲੇ ਮਗਰ। ਦੇਖੋ ਨਾ ਇਹ ਹੁੱਕ ਅਗਰ ਅਸੀਂ ਇੱਥੇ ਪਾਕਿਸਤਾਨ 'ਚ ਪਾ ਲਵਾਂਗੇ ਨਾ ਤੇ ਇਹਨੇ ਕੀ ਕਰਨਾ, ਇਹਨੇ ਇਹਦਾ ਪਾੜ ਦੇਣਾ ਜਿਹੜਾ ਹਾਂਡਾ ਹੀ ਪਾੜ ਦੇਣਾ, ਸੈਂਟਰ ਹਾਊਸਿੰਗ ਪਾੜ ਦੇਣੀ ਹੈ, ਕਿਉਂਕਿ ਅਸੀਂ ਸਿੰਗਲ ਐਕਸਲ ਯੂਜ਼ ਕਰਦੇ ਹਾਂ। ਇਹ ਡਬਲ ਐਕਸਲ ਟਰਾਲੀਆਂ ਵਾਸਤੇ ਹੁੰਦੀ ਹੈ, ਨਹੀਂ ਟਰਾਲੀ ਜਿੰਨੀ ਮਰਜ਼ੀ ਵੱਡੀ ਹੋਵੇ ਲੇਕਿਨ ਡਬਲ ਐਕਸਲ ਹੋਵੇ ਉਹ ਟਰੈਕਟਰ ਦੇ ਉੱਤੇ ਵਜ਼ਨ ਨਹੀਂ ਆਏਗਾ, ਇਹਨੇ ਸਿਰਫ ਟੋ ਕਰਨਾ, ਖਿੱਚਣਾ ਹੈਗਾ। ਹਾਂ ਜੀ ਹਾਂ ਜੀ, ਉਹ ਅਗਰ ਸਾਨੂੰ ਕੋਈ ਬੰਦਾ ਦੱਸੇਗਾ ਜੀ ਕਿਹੜਾ ਮਾਡਲ ਚਾਹੀਦਾ ਤੇ ਕਿਹੜੀ ਨਾਲ ਐਕਸੈਸਰੀ ਚਾਹੀਦੀ, ਅਸੀਂ ਉਹਦੇ ਨਾਲ ਅਕੋਰਡਿੰਗਲੀ ਦੇ ਦਿੰਦੇ। ਬਾਕੀ ਟਰੈਕਟਰ ਇੱਕ ਤੇ ਅਲੱਗ-ਅਲੱਗ ਚੀਜ਼ ਵੀ ਮਿਲਦੀ ਹੈ, ਅਲੱਗ-ਅਲੱਗ ਚੀਜ਼ਾਂ ਦੀ ਅਲੱਗ-ਅਲੱਗ, ਜਦ ਛੱਤ ਦੀ ਕੀਮਤ ਅਲੱਗ, ਹੁੱਕ ਦੀ ਅਲੱਗ, ਹਰ ਚੀਜ਼ ਦੀ ਅਲੱਗ-ਅਲੱਗ ਹੈਗੀ ਹੈ, ਲੇਕਿਨ ਕੁਛ ਚੀਜ਼ਾਂ ਹੁੰਦੀਆਂ ਜਿਹੜੇ ਟਰੈਕਟਰ ਅਸੈਂਬਲੀ ਪਲਾਂਟ ਦੇ ਉੱਤੇ ਹੀ ਲੱਗ ਸਕਦੀਆਂ ਨੇ, ਉਹ ਫਿਰ ਇੱਕ ਉਹਦਾ ਉਹਨੂੰ ਅਸੀਂ ਕਹਿੰਦੇ ਕਿ ਜੀ ਉਹ ਇੱਕ ਮਾਡਲ ਹੀ ਅਲੱਗ ਬਣਾਉਣਾ ਪੈਂਦਾ ਹੈਗਾ। ਉਹ ਫਿਰ ਡੈਲਫੀ ਪੰਪ ਨੂੰ ਜ਼ਿਮੀਂਦਾਰਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ, ਜਿਹੜਾ ਸਟੈਂਡਰਡਾਈਨ ਆਇਆ ਉਹ ਅੱਛਾ ਸੀਗਾ ਪੰਪ। ਅਸਲ 'ਚ ਗੱਲ ਉਹੀ ਹੈਗੀ ਹੈ ਕਿ ਜਿੱਥੇ ਕਿਤੇ ਸਾਡੇ 'ਤੇ ਇੱਕ ਇਲਜ਼ਾਮ ਆਉਂਦਾ ਕਿ ਜੀ ਅਸੀਂ ਕੋਈ ਹਾਈਟੈਕ ਚੀਜ਼ਾਂ ਨਹੀਂ ਲੈ ਕੇ ਆਉਂਦੇ, ਮੈਂ ਫਿਰ ਗੱਲ ਬਹੁਤ ਲੰਬੀ ਹੋ ਜਾਣੀ। ਭਾਅ ਜੀ ਸਟੈਂਡਰਡਾਈਨ ਪੰਪ ਜਿਹੜਾ ਨਾ ਬੜਾ ਅੱਛਾ ਪੰਪ ਸੀਗਾ, ਉਹ ਇੱਕ ਕਦਮ ਸੀਗਾ ਅਗਲੇ ਸਟੇਜ ਵਾਲੇ ਪਾਸੇ, ਜਿਸ ਸਟੇਜ 'ਤੇ ਸਾਨੂੰ ਜਾਣ ਹੀ ਨਹੀਂ ਦਿੱਤਾ ਗਿਆ, ਸਾਡੀ ਸੇਲ ਬੰਦ ਹੋ ਗਈ, ਠੀਕ ਹੈ ਜੀ, ਇੱਕ ਪੰਪ ਨੂੰ ਲੈ ਕੇ। ਉਸ ਪੰਪ ਦਾ ਫਾਇਦਾ ਕੀ ਸੀਗਾ? ਉਸ ਪੰਪ ਦਾ ਭਾਅ ਜੀ ਫਾਇਦਾ ਇਹ ਸੀਗਾ ਕਿ ਇਲੈਕਟ੍ਰੋਨਿਕ ਪੰਪ ਸੀਗਾ, ਅਸੀਂ ਉਸ ਪੰਪ ਦੇ ਨਾਲ ਸੈਂਸਰ ਲਾ ਦੇਣੇ ਸੀਗੇ। ਸੈਂਸਰ ਕਿਹੜੇ ਲਾਉਣੇ ਸੀਗੇ? ਟੈਂਪਰੇਚਰ ਦਾ ਸੈਂਸਰ, ਜਿੱਦਾਂ ਹੀ ਟੈਂਪਰੇਚਰ ਵਧਿਆ ਇੰਜਨ ਬੰਦ, ਅਸੀਂ ਉਹਦੇ ਨਾਲ ਸੈਂਸਰ ਲਾ ਦੇਣਾ ਸੀਗਾ ਮੋਬਲ ਆਇਲ ਦਾ, ਜਿੱਦਾਂ ਇੰਜਨ ਆਇਲ ਘੱਟ ਹੋਇਆ ਜਾਂ ਪ੍ਰੈਸ਼ਰ ਘਟਿਆ ਟਰੈਕਟਰ ਬੰਦ, ਉਹ ਸਿਰਫ ਉਹਦੇ 'ਚ ਮੁਮਕਿਨ ਸੀਗਾ ਕਿਉਂਕਿ ਇਲੈਕਟ੍ਰੋਨਿਕ ਪੰਪ ਸੀਗਾ। ਇਹਦੇ ਵਿੱਚ ਮਕੈਨੀਕਲ ਪੰਪ ਦੇ ਵਿੱਚ ਉਹ ਮੁਮਕਿਨ ਨਹੀਂ ਸੀਗਾ। ਉਹ ਅਗਲੀ ਸਟੇਜ 'ਤੇ ਅਸੀਂ ਇੱਕ ਪ੍ਰੋਟੋਟਾਈਪ ਟੈਸਟ ਵੀ ਕਰ ਲਿਆ, ਉਹ 'ਚ ਅਸੀਂ ਮੁਖਤਲਿਫ ਚੀਜ਼ਾਂ ਕਰਕੇ ਵੀ ਦੇਖੀਆਂ, ਲੇਕਿਨ ਦੇਖ ਲੋਕਾਂ ਨੇ ਕਹਿੰਦੇ ਨਹੀਂ ਬਾਈ ਇਹ ਪੰਪ ਤਾਂ ਅਸੀਂ ਲੈਣਾ ਹੀ ਨਹੀਂ, ਸਾਡੀ ਸੇਲ ਬੰਦ ਹੋ ਗਈ, ਸਾਨੂੰ ਅਲਟੀਮੇਟਲੀ ਵਾਪਸ ਡੈਲਫੀ 'ਤੇ ਆਉਣਾ ਪਿਆ। ਉਹਦੀ ਵਜ੍ਹਾ ਕੀ ਸੀ, ਕਿਉਂ ਲੋਕਾਂ ਨੇ ਕਿਉਂ ਨਹੀਂ ਪਸੰਦ ਕੀਤਾ? ਦੇਖੋ ਤਬਦੀਲੀ, ਅੱਜ ਤੁਸੀਂ ਕਹੋ ਸਟੈਂਡਰਡ ਆਇਨ ਦੀ ਆਪਸ਼ਨ ਹੈਗੀ 375 ਦੇ ਵਿੱਚ,
ਲੈਂਦਾ ਕੋਈ? ਕੋਈ ਨਹੀਂ ਲੈਂਦਾ ਇਹਦੇ ਵਿੱਚ। ਵੈਸੇ ਡੈਲਫੀ ਦਾ ਪੰਪ ਹੈਗਾ ਐਕਸਪੋਰਟ ਮਾਡਲ ਦੇ ਵਿੱਚ, ਅਗਰ ਕਿਸੇ ਨੂੰ ਚਾਹੀਦਾ ਹੋਵੇ ਤਾਂ ਨਹੀਂ ਲੈਂਦੇ ਲੋਕ। ਠੀਕ ਹੈ ਜੀ, ਅਸੀਂ 260 ਅਸੀਂ ਆਪਣੀ ਮੈਨੇਜਮੈਂਟ ਨੂੰ ਬੜੀ ਮੁਸ਼ਕਲ ਨਾਲ ਮਨਾਇਆ ਕਿ ਯਾਰ 260 ਦੇ ਦੋ ਮਾਡਲ ਬਣਾ ਦਿਓ, ਇੱਕ ਡੈਲਫੀ, ਇੱਕ ਸਟੈਂਡ ਲਾਈਨ। ਤੁਹਾਨੂੰ ਆਪੇ ਜਵਾਬ ਮਿਲ ਜਾਏਗਾ ਕਿ ਗਾਹਕ ਕੀ ਚਾਹੁੰਦਾ ਹੈਗਾ। ਆਹਿਸਤਾ ਆਹਿਸਤਾ ਸਟੈਂਡ ਲਾਈਨ ਬੰਦ ਹੋ ਗਿਆ, ਡੈਲਫੀ ਜਿਹੜਾ ਨਾ ਉਹ ਰਹਿ ਗਿਆ। ਅਸਲ ਵਿੱਚ ਮਿਸਤਰੀਆਂ, ਜ਼ਿਮੀਂਦਾਰਾਂ ਨੇ, ਮਿਸਤਰੀਆਂ ਨੇ ਵੀ, ਜ਼ਿਮੀਂਦਾਰਾਂ ਨੇ ਵੀ, ਫਿਰ ਜਿਹੜੇ ਮਕੈਨਿਕ ਸੀਗੇ ਜਿਹੜੇ ਲੈਬੋਰਟਰੀ ਵਾਲੇ ਨੇ ਉਹਨਾਂ ਨੇ ਵੀ, ਹਾਲਾਂਕਿ ਅਸੀਂ ਉਹਨਾਂ ਦੀ ਟ੍ਰੇਨਿੰਗਾਂ ਕਰਾਈਆਂ, ਇੱਥੇ ਲਾਹੌਰ ਬੁਲਾ ਕੇ ਟ੍ਰੇਨਿੰਗਾਂ ਕਰਾਈਆਂ, ਯਾਰ ਕੋਈ ਮਸਲਾ ਨਹੀਂ। ਅੱਛਾ, ਇੱਕ ਹੋਰ ਗੱਲ ਹੈਗੀ, ਇਹ ਐਸਾ ਪੰਪ ਨਹੀਂ ਜਿਹੜਾ ਪਾਕਿਸਤਾਨ 'ਚ ਪਹਿਲੇ ਨਾ ਚੱਲਦਾ ਹੋਵੇ। ਜਿੰਨੇ ਵੱਡੇ ਵੱਡੇ ਜਨਰੇਟਰ ਨੇ ਉਹਨਾਂ 'ਤੇ ਸਟੈਂਡ ਲਾਈਨ ਦਾ ਪੰਪ ਚੱਲਦਾ ਹੈਗਾ ਜੀ। ਬੈਟਰੀ ਇਹ ਹੈ ਕਿ ਡੈਡ ਵੀ ਹੋਵੇ ਨਾ ਤਾਂ ਉਹ ਕੰਮ ਕਰ ਦਿੰਦਾ, ਬਿਲਕੁਲ ਡੈਡ ਵੀ ਬੈਟਰੀ ਹੋਏਗੀ ਨਾ ਤਾਂ ਉਹ ਟਿਕ ਕਰਕੇ, ਉਹਦਾ ਇੰਨਾ ਕਿ ਬਸ ਉਹਨੂੰ ਬਿਲਕੁਲ ਐਂ ਮਾਸਾ ਜਿਹਾ ਕਰੰਟ ਚਾਹੀਦਾ ਕਿ ਉਹ ਟਿਕ ਕਰਕੇ, ਔਰ ਜਦੋਂ ਅਸੀਂ ਸੁੱਚ ਆਨ ਕਰਨਾ ਨਾ ਉਹ ਟਿਕ ਦੀ ਆਵਾਜ਼ ਆਉਣੀ ਤਾਂ ਉਹਦਾ ਰਸਤਾ ਖੁੱਲ ਜਾਣਾ ਡੀਜ਼ਲ ਦਾ। ਜਦੋਂ ਰਸਤਾ ਖੁੱਲ ਗਿਆ ਫਿਰ ਧੱਕਾ ਲਾਓ, ਜਿੱਦਾਂ ਮਰਜ਼ੀ ਸਟਾਰਟ ਕਰੋ ਸਟਾਰਟ ਹੋ ਜਾਏਗਾ। ਬੈਟਰੀ ਅਗਰ ਨਹੀਂ ਹੋਏਗੀ ਨਾ ਫਿਰ ਨਹੀਂ ਹੋਏਗਾ। ਤੁਸੀਂ ਇਹ ਕਿ ਛੋਟੀ ਜਿਹੀ ਬੈਟਰੀ ਮੋਟਰਸਾਈਕਲ ਵਾਲੀ ਵੀ ਲਾ ਕੇ ਜਿਹੜਾ ਨਾ ਜੀ ਉਹ ਸਟਾਰਟ ਕਰ ਸਕਦੇ ਹੋ। ਸਾਰੇ ਕਸੂਰ ਕੰਪਨੀ ਦੇ ਨਹੀਂ ਹੈਗੇ, ਕੰਪਨੀ ਅਲਹਮਦੁਲਿਲਾ ਸਾਡੀ ਕੰਪਨੀ ਇੱਕ ਸਟੈਂਡਰਡ ਦੇ ਉੱਤੇ ਕੰਮ ਕਰਦੀ ਆ, ਜਿਹਦੀ ਇੱਕ ਲਿਮਿਟਸ ਹੁੰਦੀਆਂ ਨੇ ਕਿ ਇਸ ਦੇ ਵਿੱਚ ਰਹਿਣਾ ਹੈਗਾ। ਪੁਰਜ਼ੇ ਦੀ ਸਿਹਤ ਇਹਨਾਂ ਦੇ ਵਿੱਚ ਹੋਣੀ ਹੈ, ਤਾਂ ਥੱਲੇ ਨਾ ਹੋਵੇ, ਉੱਤੇ ਵੀ ਨਹੀਂ ਚਾਹੀਦੀ, ਥੱਲੇ ਵੀ ਨਹੀਂ ਚਾਹੀਦੀ। ਅਸੀਂ ਉਹਦੇ ਵਿੱਚ ਰਹਿ ਕੇ ਕੰਮ ਕਰਦੇ ਹੈਗੇ ਹਾਂ ਅਤੇ ਅਲਹਮਦੁਲਿਲਾ ਸਾਡੇ ਮਿਆਰ 'ਚ ਕੋਈ ਕਮੀ ਨਹੀਂ। ਅਗਰ ਕੋਈ ਓਵਰਲੁੱਕ ਕਰਦਾ ਹੈ, ਗਫਲਤ ਕਰਦਾ ਹੈ, ਅਤੇ ਉਹਦੀ ਆਪਣੀ ਮਰਜ਼ੀ ਹੈ। ਮੈਂ ਤਾਂ ਕਹਾਂਗਾ ਕਿ ਜਿਹੜੇ ਅੱਛੀਆਂ ਮਿਸਾਲਾਂ ਵੀ ਹੈਗੀਆਂ, ਸਾਨੂੰ ਉਹਨਾਂ ਬੰਦਿਆਂ ਨੂੰ ਵੀ ਅੱਗੇ ਲੈ ਕੇ ਆਉਣਾ ਚਾਹੀਦਾ, ਜਿਨ੍ਹਾਂ ਬੰਦਿਆਂ ਦੇ ਕੋਲ 87 ਮਾਡਲ ਟਰੈਕਟਰ ਆਪਣੇ ਹੱਥ ਦੇ ਇਸ ਟਾਈਮ ਚੱਲਦੇ ਪਏ ਨੇ। ਸਾਨੂੰ ਉਹਨਾਂ ਦੇ ਇੰਟਰਵਿਊ ਕਰਨਾ ਚਾਹੀਦਾ, ਯਾਰ ਤੁਸੀਂ ਕੀ ਇਹਨੂੰ ਖਵਾਉਂਦੇ ਹੋ, ਤੁਸੀਂ ਇਹਦੇ ਨਾਲ ਕੀ ਕਰਦੇ ਹੋ, ਅੱਜ ਤੱਕ ਤੁਹਾਡਾ ਚੱਲਣ ਡਿਆ ਹੈਗਾ? ਨਹੀਂ, ਚਲੋ ਉਸ ਤੋਂ ਅੱਗੇ ਵੀ ਆ ਜਾਓ, ਠੀਕ ਹੈ ਜੀ। ਪਰਕਨ ਬੰਦ ਹੋਏ ਨੂੰ ਵੀ ਮੈਂ ਕਿਹਾ 1999 ਤੋਂ ਪਰਕਨ ਬੇਸਿਕਲੀ ਇੱਕ ਟੈਕਨੋਲੋਜੀ ਸੀ ਜਿਹੜੀ ਅਸੀਂ ਅਡੋਪਟ ਕਰ ਲਈ, ਠੀਕ ਹੈ ਜੀ। ਇਹ ਐਸਾ ਹੀ ਹੈਗਾ ਜਿੱਦਾਂ ਅਸੀਂ ਇਹ ਮੈਸੀ ਫਰਗੂਸਨ ਨੂੰ ਲਾਇਸੈਂਸ ਪੇ ਕਰਦੇ ਹਾਂ ਤਾਂ ਸਟਿੱਕਰ ਲਾਉਂਦੇ ਹਾਂ। ਅਗਰ ਅਸੀਂ ਇਹਨੂੰ ਲਾਇਸੈਂਸ, ਮੈਨੂੰ ਦੱਸੋ ਬੁਰਾਕ ਕਿਹਨੂੰ ਲਾਇਸੈਂਸ ਦੀ ਫੀਸ ਦਿੰਦਾ? ਕਿਸੇ ਨੂੰ ਨਹੀਂ ਦਿੰਦਾ, ਠੀਕ ਹੈ ਜੀ। ਅਤੇ ATS ਕਿਸੇ ਨੂੰ ਲਾਇਸੈਂਸ ਦੀ ਫੀਸ ਦਿੰਦਾ? ਨਹੀਂ ਦਿੰਦਾ, ਠੀਕ ਹੈ ਨਾ ਜੀ, ਕਿਉਂਕਿ ਉਹਨਾਂ ਦਾ ਆਪਣਾ ਬ੍ਰਾਂਡ ਹੈਗਾ। ਅੱਜ ਅਸੀਂ ਇੱਥੋਂ ਖਤਮ ਕਰ ਦਈਏ ਮੈਸੀ ਫਰਗੂਸਨ, ਉਹਨਾਂ ਦੇ ਨਾਲ ਅਸੀਂ ਤਾਲੁਕ ਖਤਮ ਕਰ ਦਈਏ, ਅਸੀਂ ਉਹਨਾਂ ਨੂੰ ਆਪਣੇ ਨਾਲ ਤਾਂ ਰੱਖਿਆ ਕਿ ਸਾਨੂੰ ਉਹਨਾਂ ਦੀ ਜ਼ਰੂਰਤ ਹੈਗੀ ਹੈ। ਅਸੀਂ ਕੱਲ੍ਹ ਹੋਰ ਅੱਗੇ 100 horsepower 120 ਦੇ ਉੱਤੇ ਜਾਣਾ ਇਨਸ਼ਾਲਾ, ਅਸੀਂ ਕੰਬਾਈਨ ਹਾਰਵੈਸਟਰ ਲੈ ਕੇ ਆਉਣਾ, ਅਸੀਂ ਹੋਰ ਅੱਗੇ ਜਾਣਾ ਇਨਸ਼ਾਲਾ। ਅਸੀਂ ਇਸ ਲਈ ਇਹਨਾਂ ਨੂੰ ਖਤਮ ਨਹੀਂ ਕਰਨਾ, ਸਾਡੇ ਨਾਲ ਸਾਡਾ ਇਹਨਾਂ ਦਾ 60 ਦਾ ਸਾਥ ਹੈਗਾ, ਅਸੀਂ ਇਹਨਾਂ ਨੂੰ ਆਪਣੇ ਨਾਲ ਰੱਖਣਾ। ਅਸੀਂ ਚਾਹੁੰਦੇ ਤਿੰਨਾਂ ਤੋਂ ਪਹਿਲੇ ਖਤਮ ਕਰ ਸਕਦੇ ਸੀ ਇਹਨਾਂ ਨੂੰ, ਬਿਲਕੁਲ ਇਹਦੀ ਫੀਸ ਪੇ ਕਰਦੇ ਹਾਂ, ਲਾਇਸੈਂਸ ਫੀਸ ਦਿੰਦੇ ਹਾਂ ਉਹਨਾਂ ਨੂੰ। ਉਦੋਂ ਅਸੀਂ ਹਾਂ 1 ਨਹੀਂ 6 ਸੀਗੇ, 2015 ਦੇ ਜੁਲਾਈ ਤੋਂ ਲੈ ਕੇ ਦਸੰਬਰ ਤੱਕ, ਜੁਲਾਈ 2015 ਤੋਂ ਲੈ ਕੇ ਦਸੰਬਰ 2015 ਅਸੀਂ 6 ਸਾਡਾ ਲਾਇਸੈਂਸ ਅਸੀਂ ਉਹਨਾਂ ਤੋਂ ਅਸੀਂ ਆਪ ਮਾਜ਼ਰਤ ਕੀਤੀ ਸੀ। ਉਹਦੀ ਵਜ੍ਹਾ ਕਿ ਉਹ ਕਹਿੰਦੇ ਸੀ ਕਿ ਤੁਸੀਂ ਸਿਰਫ ਪਾਕਿਸਤਾਨ 'ਚ ਵੇਚੋ। ਉਹ ਇੱਕ ਪੁਆਇੰਟ ਸਾਡੇ ਤਲਕ ਦਾ ਆਇਆ ਕਿ ਅਸੀਂ ਕਿਹਾ ਨਹੀਂ ਯਾਰ, ਅਸੀਂ ਅਗਰ ਪਾਕਿਸਤਾਨ 'ਚ ਵੇਚਣਾ ਸਾਨੂੰ ਤਾਂ ਆਪਣਾ ਨਾਮ ਬੜਾ ਹੈਗਾ। ਉਹਨਾਂ ਕਹਾ ਜੀ ਵੇਚ ਕੇ ਦਿਖਾਓ। ਅਸੀਂ ਜਿਹੜੀ ਉਹ ਲਾਇਸੈਂਸ ਫੀਸ ਹੁਣ ਦਿੰਦੇ ਸੀ, ਅਗਰ ਤੁਹਾਡੇ ਕੋਲ ਖੜਾ ਤਾਂ ਉਹਦੇ 'ਚ ਛੱਤ ਲੱਗੀ ਹੋਣੀ, ਅਸੀਂ ਉਹਦੇ 'ਚ ਛੱਤ 'ਤੇ ਹੁੱਕਦੇ ਸੀ। ਉਹ ਜਿਹੜੇ ਪੈਸੇ ਸੀ ਨਾ, ਅਸੀਂ ਉਹ ਜ਼ਿਮੀਂਦਾਰ ਨੂੰ ਵਾਪਸ ਕਰ ਦਿੱਤੇ ਛੱਤ ਜਾਂ ਹੁੱਕ ਦੀ ਸ਼ਕਲ ਦੇ ਵਿੱਚ, ਕਿ ਜਿਹਨੇ ਛੱਤ ਲਵਾਉਣੀ ਛੱਤ ਲਵਾਲਾ, ਜਿਹਨੇ ਹੁੱਕ ਲਵਾਉਣੀ ਹੁੱਕ ਲਵਾ। ਉਹ ਸਾਡਾ ਮਾਡਲ ਬੜਾ ਵਿਕਿਆ। ਜਦੋਂ ਵਿਕਿਆ ਤਾਂ ਗੋਰਾ ਫਿਰ ਆਪਣੇ ਗੋਡਿਆਂ ਭਾਰ ਆ ਗਿਆ, ਉਹਨੇ ਕਿਹਾ ਦੱਸੋ ਤੁਸੀਂ ਚਾਹੁੰਦੇ ਕੀ ਹੈਗੇ। ਉਸ ਤੋਂ ਬਾਅਦ ਸਾਡੀ ਐਕਸਪੋਰਟ ਸ਼ੁਰੂ ਹੋਈ, ਔਰ ਅੱਲਾ ਦਾ ਸ਼ੁਕਰ ਹੈਗਾ ਕਿ ਸਾਡੇ ਮੁਲਕ ਵਾਸਤੇ ਬੜੀ ਫਖਰ ਦੀ ਗੱਲ ਹੈਗੀ ਹੈ। ਪਾਕਿਸਤਾਨ 'ਚ ਸਭ ਤੋਂ ਜ਼ਿਆਦਾ ਐਕਸਪੋਰਟ ਆਟੋ ਦੇ ਵਿੱਚ ਕਾਰਾਂ ਵੀ ਆ ਜਾਂਦੀਆਂ, ਮੋਟਰਸਾਈਕਲ ਵੀ ਆ ਜਾਂਦੇ ਨੇ, ਗੱਡੀਆਂ ਵੀ ਹੈ, ਬੱਸਾਂ ਵੀ, ਟਰੈਕਟਰ ਵੀ ਆ ਜਾਂਦੇ। ਸਭ ਤੋਂ ਵੱਡੀ ਐਕਸਪੋਰਟ ਮਿਲੇ ਟਰੈਕਟਰ ਦੀ ਹੈ। ਮਤਲਬ ਦੇਖੋ, ਤੁਸੀਂ ਨਹੀਂ ਕਹਿ ਸਕਦੇ ਕਿ ਜਨਾਬ ਅੱਗੇ ਤੁਸੀਂ ਜੱਜ ਕੌਣ ਹੈਗਾ? ਜੱਜ ਖਰੀਦਦਾਰ ਹੈਗਾ,
ਅੱਜ ਵੀ ਸਾਡੇ ਲੋਕਲ ਟਰੈਕਟਰ ਜਿਹੜਾ ਲੋਕਲ ਮਾਰਕੀਟ ਹੈਗੀ, ਅਸੀਂ 70% ਤੱਕ ਸਾਡਾ ਮਾਰਕੀਟ ਸ਼ੇਅਰ ਹੈਗਾ। 70 ਹਰ 100 ਚੋਂ 70 ਬੰਦੇ ਜਿਹੜੇ ਨੇ ਉਹ ਮੈਸੀ ਟਰੈਕਟਰ ਲੈਣਾ ਚਾਹੁੰਦੇ ਨੇ। ਅਸੀਂ 2-4 ਬੰਦੇ ਨੈੱਟ 'ਤੇ ਬੈਠ ਕੇ ਵੀਡੀਓ ਬਣਾ ਕੇ ਨਹੀਂ ਫੈਸਲਾ ਕਰ ਸਕਦੇ ਕਿ ਯਾਰ ਇਹ ਟਰੈਕਟਰ ਚੰਗਾ ਅਤੇ ਇਹ ਮਾੜਾ। 70 ਬੰਦੇ ਜਿਹੜੇ ਲੈ ਰਹੇ ਨੇ ਉਹ ਜ਼ਿੰਦਗੀ 'ਚ ਪਹਿਲੀ ਵਾਰੀ ਨਹੀਂ ਲੈ ਰਹੇ, ਉਹ ਰਿਪੀਟ ਹੋਣ ਡੇ ਨੇ। ਉਹਨਾਂ ਨੇ ਪਹਿਲੇ ਵੀ ਲਿਆ, ਫਿਰ ਲਿਆ, ਉਹ ਇਤਮਾਦ 'ਤੇ ਲੈ ਰਹੇ ਨੇ। ਉਹਨਾਂ ਨੂੰ ਇੱਕ ਡਿਲੀਵਰ ਹੋਇਆ, ਇਹਨੂੰ ਅਸੀਂ ਕਹਿੰਦੇ ਵੈਲਿਊ ਆਫ ਮਨੀ, ਕਿ ਜੋ ਉਹਨੇ ਪੈਸਾ ਖਰਚ ਕੀਤਾ ਉਹਨੂੰ ਉਹਦਾ ਵਾਪਸ ਮੁਤਬਾਦਲ ਲੱਭਿਆ। ਜੀ ਜੀ ਬਿਲਕੁਲ, ਜੀ ਸਪੇਅਰ ਪਾਰਟਸ ਅਵੇਲੇਬਲ ਨੇ। ਹਾਂ ਜੀ, ਕੰਪਨੀ ਦਾ ਬੈਕਅਪ ਹੈਗਾ, ਤੁਸੀਂ ਦੇਖੋ ਕਿਸੇ ਦਾ ਕੋਈ ਮਸਲਾ ਹੋਵੇ ਅਸੀਂ ਪਿੱਛੇ ਪਹੁੰਚਦੇ ਹਾਂ। ਠੀਕ ਹੋ ਗਿਆ ਸਜਾਦ ਸਾਹਿਬ, ਬਹੁਤ ਸ਼ੁਕਰੀਆ। ਸ਼ੁਕਰੀਆ ਜੀ, ਕੀਮਤੀ ਟਾਈਮ ਦਾ ਤੁਸੀਂ ਇਨਫੋਰਮੇਸ਼ਨ ਦਿੱਤੀ। ਮਿਹਰਬਾਨੀ ਜੀ, ਮਿਹਰਬਾਨੀ। ਬਾਕੀ ਦੋਸਤੋ, ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨੀ, ਔਰ ਵੀਡੀਓ ਦੇਖਣ ਦਾ ਸ਼ੁਕਰੀਆ ਜੀ। ਅੱਲਾ ਹਾਫਿਜ਼।